ਲੇਡੀਜ਼ ਨੇ ਉਹ
ਇੰਨਾ ਇੰਜੋਏ ਕਰਦੇ ਨੇ ਧੂਮਧਾਮ ਨਾਲ, ਤੇ ਉਹਦੇ ਵਿੱਚ ਅਸੀਂ ਕੰਟੈਸਟ ਵੀ ਰੱਖਿਆ ਮਿਸ ਤੀਜ ਅਤੇ ਮਿਸਿਸ ਤੀਜ ਦਾ, ਜਿਹਦੇ ਵਿੱਚ ਪ੍ਰੋਪਰ ਸ਼ਿੰਗਾਰ ਕੀਤੀਆਂ ਹੋਈਆਂ ਜਿਹੜੀਆਂ ਨਾਰਾਂ ਨੇ ਪ੍ਰੋਪਰ, ਉਹਨਾਂ ਨੂੰ ਉਹ ਟਾਈਟਲ ਦਿੱਤਾ ਜਾਏ ਜਿਹੜੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਨੇ। ਕੀ ਅਪੀਲ ਕਰਨੀ ਚਾਹੁੰਦੇ ਤੁਸੀਂ? ਮੇਰੀ ਸਾਰੀ ਯੂਥ ਨੂੰ ਇਹੀ ਅਪੀਲ ਹੈ ਕਿ ਸੱਭਿਆਚਾਰ ਤੋਂ ਆਪਣੇ ਸੱਭਿਆਚਾਰ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ। ਨੋ ਡਾਊਟ ਕਿ ਵੈਸਟਰਨ ਕਲਚਰ ਜਿਹੜਾ ਹੈਗਾ ਅਸੀਂ ਜ਼ਰੂਰ ਅਪਣਾ ਰਹੇ ਹਾਂ, ਹਰ ਚੀਜ਼ ਦੇ ਨਾਲ ਟ੍ਰੈਂਡ ਦੇ ਨਾਲ ਬਦਲਣਾ ਚਾਹੀਦਾ ਹੈ, ਪਰ ਆਪਣਾ ਜੋ ਸੱਭਿਆਚਾਰ ਹੈ, ਆਪਣਾ ਜੋ ਪੁਰਾਣੇ ਕਲਚਰਸ ਹੈ, ਉਹਨਾਂ ਨੂੰ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਉਹਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ, ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਤਾ ਲੱਗੇ ਕਿ ਸਾਡੇ ਕਿਹੜੇ ਕਲਚਰਸ ਨੇ ਅਤੇ ਸਾਡੇ ਕੀ ਰਿਚੁਅਲਸ ਇੱਥੇ ਕੀਤੇ ਜਾਂਦੇ। ਮੈਨੂੰ ਬਹੁਤ ਅੱਛਾ ਲੱਗ ਰਿਹਾ, ਬਹੁਤ ਸੋਹਣੀਆਂ ਪਿੱਟੀ ਲੇਡੀਜ਼ ਇੱਥੇ ਆਈਆਂ ਨੇ ਤਿਆਰ ਹੋ ਕੇ, ਦੇਖ ਕੇ ਬਹੁਤ ਅੱਛਾ ਲੱਗ ਰਿਹਾ। ਆਈ ਐਮ ਟਰੂਲੀ ਓਨਰ ਟੂ ਬੀ ਅ ਚੀਫ ਗੈਸਟ। ਕਿੰਨੀ ਕੁ ਲੋੜ ਹੈ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਦੀ? ਲੋਕ ਜਿਹੜੇ ਨੇ ਨਵੀਂ ਪੀੜ੍ਹੀ ਜਿਹੜੀ ਆ ਪੰਜਾਬੀ ਸੱਭਿਆਚਾਰ ਤੋਂ ਜੁੜਦੀ ਦਿਖਾਈ ਦੇ ਨਹੀਂ? ਅੱਜ ਦੀ ਪੀੜ੍ਹੀ ਬਹੁਤ ਜੁੜ ਵੀ ਰਹੀ ਹੈ ਅਤੇ ਦੇਖ ਕੇ ਬਹੁਤ ਅੱਛਾ ਵੀ ਲੱਗ ਰਿਹਾ ਕਿ ਜੁੜਨਾ ਪਸੰਦ ਕਰਦੀ ਹੈ। ਸੋ ਬੜੇ ਕਈ ਸਦੀਆਂ ਤੋਂ ਪੰਜਾਬ ਦਾ ਜਿਹੜਾ ਤਿਉਹਾਰ ਆ ਤੀਆਂ ਮਨਾਇਆ ਜਾਂਦਾ, ਅੱਜ ਤੱਕ ਲੋਕ ਇਹਨੂੰ ਬਹੁਤ ਪਸੰਦ ਕਰਦੇ ਨੇ, ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੋਗੇ? ਆਉਣ ਵਾਲੀ ਜਨਰੇਸ਼ਨ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਆਪਣੀ ਇਸ ਪੀੜ੍ਹੀ ਦੇ ਨਾਲ ਜੁੜੇ ਰਹਿਣ, ਧਰਤੀ ਦੇ ਨਾਲ ਜੁੜੇ ਰਹਿਣ, ਸਭ ਨੂੰ ਬਹੁਤ ਅੱਛਾ ਲੱਗੇਗਾ। ਬਹੁਤ ਵਧੀਆ ਲੱਗਿਆ, ਬਹੁਤ ਸੋਹਣਾ ਫੰਕਸ਼ਨ ਕਰਾਇਆ ਐਂਡ ਆਲ ਦਾ ਕ੍ਰੈਡਿਟ ਗੋਜ਼ ਟੂ ਕ੍ਰੀਏਟਿਵ ਮੇਕਰਸ ਨਾ, ਉਹਨੇ ਬਹੁਤ ਵਧੀਆ ਕੰਮ ਕੀਤਾ ਅਤੇ ਆਈ ਗੈਸ ਜਿਹੜੇ ਵੀ ਇੱਥੇ ਲੋਕ ਆਏ ਨੇ ਦੇ ਆਰ ਸੈਲੀਬ੍ਰੇਟਿੰਗ ਦਾ ਕਲਚਰਲ ਫੈਸਟੀਵਲ ਆਫ ਪੰਜਾਬ ਤੀਜ, ਜਿਹਨੂੰ ਬੜੀ ਦੁੱਖ ਦੀ ਗੱਲ ਹੈ ਪਰ ਲੋਕ ਭੁੱਲਦੇ ਜਾ ਰਹੇ ਨੇ, ਬਟ ਵੀ ਆਰ ਪ੍ਰਾਊਡ ਟੂ ਬੀ ਅ ਪਾਰਟ। ਸਰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ, ਐਂਡ ਜੇ ਅਸੀਂ ਯੂ ਨੋ ਦਾ ਯੂਥ ਦਾ ਯੰਗ ਪੀਪਲ ਅਸੀਂ ਜੇ ਕੰਮ ਨਾ ਕਰੀਏ ਇਸ ਚੀਜ਼ ਦੇ ਪਿੱਛੇ ਤਾਂ ਫਿਰ ਅਸੀਂ ਤਾਂ ਭੁੱਲ ਜਾਵਾਂਗੇ, ਸਾਡੀ ਨੈਕਸਟ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਊਗਾ। ਬਹੁਤ ਬਹੁਤ ਇੰਜੋਏ ਕਰ ਰਹੇ ਨੇ ਸਾਰੇ, ਆਏ ਸੋ ਐਵਰੀ ਵਨ, ਉਹਨਾਂ ਨੇ ਡਾਂਸ ਪਰਫੋਰਮੈਂਸ, ਸਿੰਗਿੰਗ, ਬੋਲੀਆਂ, ਪੰਜਾਬੀ ਗਾਣੇ, ਅਤੇ ਬਹੁਤ ਸੋਹਣਾ ਲੱਗਿਆ ਐਂਡ ਵੀ ਇੰਜੋਏ ਆਰ ਡੇ ਅਲੋਟ।